ਕਿਤਨੀ ਦੇਰ ਲੱਗਦੀ ਏ, ਹਰ ਬੰਦਾ ਰੋਵਣ ਲੱਗ ਪਿਆ, ਦਸ਼ਤ ਮੇ ਰਹਿ ਗਈ ਕੌਣ 18 ਫਿਰਾਵਾਂ ਦੀ ਭੇਣ, ਅੱਬਾਸ ਦੀ ਭੇਣ, ਅੱਬਾਸ ਦੀ ਮੁਰਸ਼ਦਾ ਦੀ, ਦਸ਼ਤ ਮੇ ਰਹਿ ਗਈ ਤਨਹਾ, ਤੋ ਵਤਨ ਯਾਦ ਆਇਆ, ਪਾਣੀ ਪੇ ਨਜ਼ਰ ਪੜੀ ਤੋ ਹਰ ਤਸ਼ਨਾ ਦਹਨ ਯਾਦ ਆਇਆ। ਪੱਟੀ ਸਾਹਿਬ ਫਿਰ ਸੁਣਨਾ, ਦਸ਼ਤ ਮੇ ਰਹਿ ਗਈ ਤਨਹਾ ਤੋ ਵਤਨ ਯਾਦ ਆਇਆ, ਪਾਣੀ ਪੇ ਨਜ਼ਰ ਪੜੀ ਤੋ ਹਰ ਤਸ਼ਨਾ ਦਹਨ ਯਾਦ ਆਇਆ, ਲੈ ਕੇ ਹਰ ਚੀਜ਼ ਮਦੀਨਾ ਸੇ ਚਲੀ ਥੀ ਜ਼ੈਨਬ, ਭਾਈ ਕੀ ਲਾਸ਼ ਪੇ ਪਹੁੰਚੀ ਤੋ ਕਫਨ ਯਾਦ ਆਇਆ। ਛਲਾ ਤੁਸੀਂ ਆਬਾਦ ਰਹੋ, ਅੱਜ ਤੇ ਕਿਸੇ ਜ਼ਾਕਰ ਦੀ ਪੜ੍ਹਨ ਦੀ ਲੋੜ ਹੀ ਨਹੀਂ, ਅੱਜ ਤੇ ਹਰ ਬੰਦਾ ਰੋਵਣ ਵਾਸਤੇ ਤਿਆਰ ਏ। ਸਜਦਾ ਤੇ ਮੈਨੂੰ ਵਹਿਣ ਦਾ ਆਖੇ, ਇਹ ਬਾਜੀਆਂ ਵਹਿਣ ਦਾ ਆਖੇ, ਮੈਂ ਕਈ ਗੱਲ ਹੁਕਮ ਦੀ ਤਮੀਲ ਕਰਨ ਲੱਗਾ। ਇਹ ਬਾਈ ਦੁਆ ਦਾ ਆਖੇ, ਇਹ ਜਿਹੜੀ ਕੱਲ੍ਹ ਵਾਲੀ ਡੀਗਰ ਤੁਸੀਂ ਗੁਜ਼ਾਰੀ ਹੈ ਨਾ 9 ਮੁਹਰਮ ਦੀ, ਇਹ 5-6 ਮਿੰਟ ਦੀ ਗੱਲ ਸੁਣਾ ਕੇ ਮੈਂ ਵਹਿਣ ਸੁਣਾਉਣ ਲੱਗਾ। ਮੇਰੀ ਸਹਿਣ ਸੁਣਦੀ ਆਈ ਆਵਾਜ਼, ਹੁਣ ਫਲਾਂ ਆ ਗਈ ਹੈ, ਇਤਨੇ ਲੱਖ ਲੈ ਕੇ ਆ ਗਈ ਹੈ, ਫਲਾਂ ਇਤਨੇ ਹਜ਼ਾਰ ਲੈ ਕੇ ਆ ਗਈ ਹੈ। ਜਿਹੜਾ ਅਲੀ ਦੀ ਧੀ ਨੂੰ ਸ਼ਾਹ ਜੀ ਪਤਾ ਚੱਲਿਆ ਨਾ ਹੁਣ ਸ਼ਿਮਰ ਆ ਗਈ ਹੈ, ਉਸ ਵੇਲੇ ਅਲੀ ਦੀ ਧੀ ਆਦੀ ਹੈ, ਅੰਮਾ ਫਿਜ਼ਾ ਹੁਣ ਮੇਰੇ ਭਰਾ ਨੂੰ ਬੁਲਾ, ਹੁਣ ਮੇਰੇ ਹੁਸੈਨ ਨੂੰ ਬੁਲਾ। ਬੀਬੀ ਨੇ ਆਕਾ ਹੁਸੈਨ ਨੂੰ ਬੁਲਾਇਆ, ਹੁਸੈਨ ਮੈਂ ਸੁਣਿਆ ਸ਼ਿਮਰ ਆ ਗਈ ਹੈ। ਸੱਜਦ ਆਵਾਜ਼ ਦੇ ਕੇ ਆਦਾ, ਹਾ ਬੀਬੀ ਆਦੀ, ਤੇਰਾ ਸੱਜਣ ਕੋਈ ਨਹੀਂ, ਸੱਜਦਾ ਦਾ ਭੇਣ ਸੱਜਣ ਵਸਦਿਆਂ ਦੇ ਹੁੰਦੇ ਨੇ, ਉਜੜਿਆਂ ਦਾ ਕੌਣ ਸੱਜਣ ਹੁੰਦਾ ਹੈ। ਇੱਕ ਹਾ ਨਾਮ ਹਬੀਬਾ ਮੈਂ ਖਤ ਲਿਖ ਕੇ ਬੁਲਾ ਲਏ, ਸੱਜਦ ਆਵਾਜ਼ ਦੇ ਕੇ ਆਦਾ, ਵਸਦਿਆਂ ਦੇ ਸੱਜਣ ਆਉਂਦੇ ਨੇ। ਸੈਨ ਆਵਾਜ਼ ਦੇ ਕੇ ਆਦੀ, ਹੋਰ ਸੱਜਦਾ ਦਾ, ਹਾਂ ਇੱਕ ਹੈ ਨਾਮ ਸਈਦ ਏ, ਮੇਰੀ ਦੁਆ ਦਾ ਜੰਮਿਆ ਹੋਇਆ, ਸੱਜਾਦ ਦਾ ਮਰੀਦ ਏ, ਡੇਰ ਭੈਣਾਂ ਦਾ ਇਕੱਲਾ ਫੇਰਾ ਏ, ਨਵੀਂ ਨਵੀਂ ਸ਼ਾਦੀ ਹੋਈ ਏ, 23-24 ਸਾਲ ਉਮਰ ਏ, ਹੋ ਸਕਦਾ ਮੈਂ ਖਤ ਲਿਖਾਂ ਬੇਗੌਰੀ ਚੱਕਰੇ। ਸੈਨ ਆਵਾਜ਼ ਦੇ ਕੇ ਆਦੀ, ਹੁਸੈਨ ਹੀ ਹੋ ਜਾ ਮੌਕੇ 'ਤੇ ਤਾਂ ਸੱਜਣ ਅਜ਼ਮਾਏ ਜਾਂਦੇ ਨੇ, ਤੂੰ ਖਤ ਤੂੰ ਲਿਖ ਦੇ, ਦਸਤਖਤ ਮੈਂ ਜ਼ੈਨਬ ਕਰੇ ਸਾਂ। ਹੁਣ ਰੋਣਾ ਤੇ ਇਤਨਾ ਜਿਤਨਾ ਲਾਹੌਰ ਵਾਲੀ ਸਹਿਣ ਜਾਂਦੀ ਏ, ਹਰ ਅੱਖ ਤੇ ਮੋਹਰ ਲੱਗੀ ਹੋਈ ਏ, ਹਰ ਅੱਖ ਰੋਂਦੀ ਪਈ ਏ, ਹਰ ਅੱਖ ਸਹਿਣ ਦੇ ਰੁਮਾਲ ਦੇ ਨਾਲ ਮਸ ਹੁੰਦੀ ਪਈ ਏ। ਮੇਰੇ ਮੌਲਾ ਖਤ ਲਿਖਿਆ, ਆਪਣੇ ਗੁਲਾਮ ਨੂੰ ਬੁਲਾਇਆ, ਜੌਨ ਨੂੰ ਬੁਲਾ ਕੇ ਦਿਨ, ਜੌਨ ਇਹ ਖਤ ਲੈ ਜਾ, ਬਸਰੇ ਟੁਰ ਜਾ, ਸਈਦ ਨੂੰ ਜਾ ਕੇ ਦੇ। ਜੌਨ ਪੈਰਾਂ ਤੇ ਹੱਥ ਲਾ ਕੇ ਆਦਾ, ਮੌਲਾ ਕਿਹਾ ਮੈਂ ਅਕਬਰ ਦੀ ਬਰਾਤ ਨਹੀਂ ਛੱਡਣਾ, ਮੈਂ ਅਕਬਰ ਦਾ ਬਰਾਤੀ ਨਹੀਂ। ਸਜਦ ਆਵਾਜ਼ ਦੇਖਿਆ ਤਾਂ ਜੌਨ ਮੇਰੇ ਪਾਸੇ ਦੇਖ, ਮੈਂ ਅਲੀ ਦਾ ਪੁੱਤਰ ਹਾਂ, ਤੂੰ ਘੋੜੇ ਦੇ ਸਵਾਰ ਹੋਵੇਂ, ਮੈਂ ਜ਼ਮੀਨ ਦੀਆਂ ਤਨਾਬਾਂ ਛਕੇ ਸਾਂ, ਤੇਰਾ ਫਾਸਲਾ ਮੁੱਕ ਵੈਸੀ, ਸਈਦ ਆਉਣਾ ਹੋਵੇ ਤੇ ਰਲੇ ਆ ਜਾਵਣਾ, ਅਗਰ ਸਈਦ ਨਾ ਆਉਣਾ ਹੋਵੇ ਤਾਂ ਤੂੰ ਦੇਰ ਨਾ ਕਰੇ, ਡੀਗਰ ਵਾਲੇ ਬੇੜੀ ਛੋਟ ਵੰਜਣੀ ਏ। ਇਹਨੂੰ ਸ਼ਹਿਜ਼ਾਦਾ ਅਲੀ ਅਕਬਰ ਨੇ 10 ਮੁਹਰਮ ਨੂੰ ਅਜ਼ਾਨ ਮੁਕਾਈ ਏ, ਬਸਰੇ ਦੇ ਲੋਕ ਨਮਾਜ਼ਾਂ ਪੇ ਪੜ੍ਹਦੇ ਹਨ, ਸਈਦ ਦੇ ਮੁਹੱਲੇ 'ਚ ਪਹੁੰਚ ਗਈ ਏ। ਇਸ ਬੰਦੇ ਕੋਲੋਂ ਪੁੱਛਿਆ ਕਿ ਸਈਦ ਦਾ ਘਰ ਕਿਹੜਾ ਏ, ਉਹ ਬੰਦਾ ਆਵਾਜ਼ ਦੇ ਕਿਹਾ ਤੇ ਸ਼ਾਇਦ ਤੈਨੂੰ ਸਈਦ ਦੇ ਕਾਨੂੰਨ ਦਾ ਨਹੀਂ ਪਤਾ, ਮਦੀਨੇ ਵਾਲੇ ਸਈਦਾਂ ਦਾ ਨੌਕਰ ਏ, ਉਸ ਗਲੀ 'ਚ ਸਵਾਰ ਹੋ ਕੇ ਨਹੀਂ ਆ ਸਕਦਾ, ਅਲਬੱਤਾ ਤੂੰ ਮੁਸਾਫਰ ਏ, ਸਾਹਮਣੇ ਸਈਦ ਦਾ ਘਰ ਏ। ਇਸਨੇ ਦਸਤਕ ਦਿੱਤੀ, ਅੰਦਰੋਂ ਸਈਦ ਨਿਕਲਿਆ, ਆਦਾ ਕੌਣ ਏ, ਆਦਾ ਸਖਤ ਨਾ ਬੋਲੇ, ਮੈਂ ਹੁਸੈਨ ਦਾ ਕਾਸਿਦ ਆ। ਜਿਹੜਾ ਹੁਸੈਨ ਦੇ ਕਾਸਿਦ ਦਾ ਨਾਮ ਆਇਆ, ਪੈਰਾਂ 'ਤੇ ਝੜ ਗਿਆ, ਆਦਾ ਮਦੀਨੇ ਆਏ, ਆਦਾ ਮਦੀਨੇ ਨਹੀਂ ਆਇਆ, ਮੈਂ ਕਰਬਲਾ 'ਚ ਆਇਆ, ਮੌਲਾ ਅੱਜ ਕੱਲ੍ਹ ਕਰਬਲਾ ਆਏ ਹੋਏ ਨੇ, ਆਦਾ ਕਰਬਲਾ 'ਚ ਆਏ, ਇਹ ਮੈਂ ਖਤ ਲੈ ਕੇ ਆਇਆ, ਇਹ ਖਤ ਚਾ ਸਈਦ ਤੇਰੀ ਮਿਹਰਬਾਨੀ, ਇਹ ਖਤ ਅੰਦਰ ਜਾ ਕੇ ਬਣੇ, ਮੌਲਾ ਅੱਬਾਸ ਆਖਿਆ ਬਾਹਰ ਖਤ ਨਾ ਖੋਲੇ। ਸਈਦ ਆਵਾਜ਼ ਦੇ ਕਹਿੰਦਾ, ਤੈਨੂੰ ਤੇ ਨਹੀਂ ਲੱਗੀ, ਪਿਆਸ ਨਹੀਂ ਲੱਗੀ? ਜਵਾਨ ਆਦੇ ਪਿਆਸ ਤੇ ਲੱਗੀ ਏ, ਸਾਈਆਂ ਪੀਤਾ ਤੇ ਪੀਸਾਂ, ਸਈਦ ਅਗਰ ਆਉਣਾ ਹੋਵੇ ਨਾ, ਮੈਂ ਬਸਰੇ ਦੇ ਬਾਹਰ ਦਰਵਾਜ਼ੇ ਤੇ ਤੇਰਾ ਇੰਤਜ਼ਾਰ ਕਰਦਾ, ਅਗਰ ਨਾ ਆਉਣਾ ਹੋਵੇ ਤੇ ਮੈਂ ਟੁਰ ਵੰਜਣਾ, ਕਿਉਂ ਮੌਲਾ ਆਖਿਆ ਡੀਗਰ ਵੇਲੇ ਬੇੜੀ ਛੋਟ ਵੰਜਣੀ ਏ। ਸਈ ਸੋਚਦਾ ਮੈਂ ਹੁਸੈਨ ਤੇ ਕਰਬਲਾ, ਹੁਸੈਨ ਤੇ ਕਰਬਲਾ, ਸਾਈਆਂ ਪੀਤਾ ਤੇ ਪੀਸਾਂ, ਡੀਗਰ ਵੇਲੇ ਬੇੜੀ ਛੋਟ ਵੰਜਣੀ ਏ। ਸਾਹਮਣੇ ਸਈਦ ਦੀ ਮਾਂ ਮੁਸੱਲਾ ਇਬਾਦਤ ਤੇ ਬੈਠੀ ਆ, ਸਈਦ ਕੌਣ ਆ, ਅੰਮਾ ਮੌਲਾ ਹੁਸੈਨ ਦਾ ਕਾਸਦ ਆ,
ਬਿਸਮਿਲ੍ਲਾ ਪੜ੍ਹ ਕੇ ਆ ਦੀਏ ਜ਼ਹਰਾ ਦਲਾਲ ਤੂੰ ਜੀਵੇ ਅਲੀ ਦਲਾਲ ਤੂੰ ਵਸਦਾ ਰਵੇ ਅਲੀ ਦਲਾਲ ਤੇਰਾ ਅਕਬਰ ਜੀਵੇ ਸ਼ਾਲਾ ਤੇਰਾ ਅੱਬਾਸ ਜੀਵੇ ਜ਼ਹਰਾ ਦਲਾਲ ਜਿੱਥੇ ਪੈਰ ਵੀ ਉੱਥੇ ਖੈਰ ਵੀ ਉਹ ਸ਼ਾਲਾ ਤੂੰ ਆਬਾਦ ਰਵੇ ਸ਼ਾਲਾ ਤੈਨੂੰ ਤੱਤੀ ਵਾਹ ਨਾ ਲੱਗੇ ਪਾਣੀ ਨੀ ਪੁੱਛਿਆ ਅੰਮਾ ਪੁੱਛਿਆ ਏ ਆਦਾ ਸਾਈਆਂ ਪੀਤਾ ਤੇ ਪੀਸਾਂ ਹੁਸੈਨ ਤੇ ਕਰਬਲਾ ਟੀਗਰ ਵਾਲੇ ਬੇੜੀ ਛੁੱਟ ਵੰਜਣੀ ਏ ਸਹੀ ਦਿਮਾਗ ਦੀ ਸਹੀਦ ਠਹਿਰ ਜਾ ਜਦੋਂ ਮੈਂ ਮਦੀਨੀ ਆਈ ਹਾਂ ਨਾ ਮੌਲਾ ਕੋਲੋਂ ਮੌਲਾ ਅਕਬਰ ਦੀਆਂ ਸ਼ਾਦੀ ਦੀਆਂ ਗੱਲਾਂ ਪੈ ਕਰਦੇ ਹਨ ਹੋ ਸਕਦਾ ਮੌਲਾ ਨੇ ਅਕਬਰ ਦੀ ਸ਼ਾਦੀ ਦਾ ਖਤ ਲਿਖਿਆ ਹੋਵੇ ਮੈਂ ਤੇਰੀਆਂ ਭੈਣਾਂ ਨੂੰ ਜਗਾਉਂਦੀਆਂ ਸਹੀ ਦਿਮਾਗ ਹਰ ਭੈਣ ਕੋਲ ਆਈ ਏ ਆਦੀਏ ਬੇਟਾ ਜਾਗੋ ਮੌਲਾ ਦੇ ਪੁੱਤਰ ਦੀ ਸ਼ਾਦੀ ਦਾ ਖਤ ਆ ਗਈਏ ਅਕਬਰ ਦੀ ਸ਼ਾਦੀ ਦਾ ਖਤ ਆ ਗਿਆ ਹਰ ਬੰਦਾ ਮਾਤਮ ਕਰੇ ਸੀ ਹਰ ਭੈਣ ਬਿਸਮਿਲ੍ਲਾ ਪੜ੍ਹ ਕੇ ਉੱਠੀ ਦੀ ਆਈਏ ਹਰ ਭੈਣ ਜਾਗਦੀ ਆਈਏ ਦਰਮਿਆਨ 'ਚ ਸਈਦ ਬਹਿ ਗਈਏ ਸਾਹਮਣੇ ਸਈਦ ਦੀ ਮਾਂ ਬਹਿ ਗਈਏ ਆਸੇ ਪਾਸੇ ਭੈਣਾਂ ਬਹਿ ਗਈਆਂ ਸਈਦ ਨੇ ਖਤ ਪੜ੍ਹਨਾ ਸ਼ੁਰੂ ਕੀਤਾ ਹੈ ਸਈਦ ਪਹਿਲੀ ਆਇਤ ਪੜ੍ਹੀਏ ਕਾਲੂ ਇਲਨਾ ਲਿਲਾ ਹੈ ਵਾਇਲ ਨਾ ਲੈ ਮਾਤਮ ਕਰੀਆ ਤੇਰੇ ਮਤਲਬ ਵਿੱਚ ਮਾਤਮ ਜ਼ਬਾਨ ਬੰਦ ਕਰ ਇਹ ਆਇਤ ਉੱਥੇ ਪੜੀ ਜਾਂਦੀ ਹੈ ਜਿੱਥੇ ਮੌਤ ਦੀ ਖਬਰ ਹੋਵੇ ਇਹ ਤੇ ਸ਼ਾਦੀ ਦਾ ਖਤ ਹੈ ਮੈਂ ਮੌਤ ਤੋਂ ਘੱਟ ਖਬਰ ਨਹੀਂ ਜਿਹੜਾ ਮੌਲਾ ਪਹਿਲੇ ਖਤ ਲਿਖਦੇ ਹਨ ਤੇ ਲਿਖਦੇ ਹਨ ਮੈਨੂੰ ਹੁਸੈਨ ਇਬਨ ਅਲੀ ਅੰਮਾ ਮੌਲਾ ਅੱਜ ਇਹ ਨਹੀਂ ਲਿਖਿਆ ਅੰਮਾ ਅੱਜ ਮੌਲਾ ਲਿਖਦੇ ਪੈਣ ਸਈਦ ਮੈਨੂੰ ਹੁਸੈਨ ਇਬਨ ਫਾਤਿਮਾ ਅੰਮਾ ਮਾਂ ਦਾ ਨਾਮ ਬੰਦਾ ਉਸ ਵੇਲੇ ਲਿਖਦਾ ਹੈ ਜਿਹੜਾ ਬਹੁਤ ਜ਼ਿਆਦਾ ਮੁਸ਼ਕਲ 'ਚ ਹੋਵੇ ਜਿਹੜਾ ਮੁਸੀਬਤ 'ਚ ਹੋਵੇ ਸਈਦ ਪਾੜ ਮੇਰੇ ਮੌਲਾ ਲਿਖਦੇ ਪੈਣ ਸਈਦ ਮੇਰੇ ਕੋਲੋਂ 28 ਰਜਬ ਦੀ ਨਾਨੇ ਦੀ ਕਬਰ ਛੁੱਟ ਗਈ ਏ ਸਈਦ ਮੇਰੇ ਕੋਲੋਂ ਮਾਂ ਦੀ ਕਬਰ ਛੁੱਟ ਗਈ ਏ ਸਈਦ ਮੇਰੇ ਕੋਲੋਂ ਬਿਰਾ ਦੀ ਕਬਰ ਛੁੱਟ ਗਈ ਏ ਸਈਦ ਮੈਂ ਮੱਕੇ ਆਇਆ ਅਰਜ਼ਲ ਹਜ ਨੂੰ ਮੁਸਲਮਾਨਾ ਮੈਨੂੰ ਹਜ ਨਹੀਂ ਪੜ੍ਹਨ ਲਿਖਿਆ ਮੈਂ ਹਜ ਨੂੰ ਉਮਰੇ ਹੀ ਤਬਦੀਲ ਕੀਤਾ ਏ ਸਈਦ ਨੌ ਦਿਲ ਹਜ ਆਈਏ ਸਈਦ ਕੂਫੇ ਮੇਰਾ ਬਿਰਾ ਮੁਸਲਿਮ ਮਾਰਿਆ ਗਈਏ ਸਈਦ ਮੇਰੇ ਸਾਹਮਣੇ ਸਰਕਾਰ ਦੇ ਦਾਖਰੀ ਬੈਠੇ ਨੇ ਜਵਾਜੀ ਮੇਰੇ ਅਕੀਦੇ ਦੀ ਬਾਤ ਏ ਮੇਰੇ ਮੌਲਾ ਕਿਉਂ ਸੀ ਸਈਦ ਈਦ ਦਾ ਦਿਨ ਆਇਆ ਹਰ ਕੈਦ ਬਾਲ ਈਦ ਕਰੇਂਦੇ ਰਹਿਣ ਮੇਰੀ ਭੈਣ ਦੇ ਬਾਲ ਕਾਤਲ ਦੀਆਂ ਮਿੰਨਤਾਂ ਕਰੇਂਦੇ ਰਹਿਣ ਆਦਰ ਨਾ ਮਾਰ ਸਾਡੀਆਂ ਭੇੜਾਂ ਦੂਰ ਨੇ ਉਹ ਸਾਡੀਆਂ ਭੇੜਾਂ ਨੂੰ ਵਸਦੇ ਰਹੋ ਸ਼ਾਹ ਜੀ ਤੁਹਾਡੀ ਮਿਹਨਤ ਮਨਜ਼ੂਰ ਹੋ ਗਈ ਏ ਸਈਦ ਮੈਂ ਦੋ ਨੂੰ ਕਰਬਲਾ ਚ ਆਇਆ ਸਹੀ ਚਾਰ ਨੂੰ ਮੇਰੇ ਖੈਮੇ ਪੱਟੇ ਗਏ ਹੁਣ ਮਾਤਮ ਦੀ ਤਿਆਰੀ ਕਰਨਾ ਸਹੀ ਸੱਤ ਮੁਹਰਮ ਦਾ ਮੇਰਾ ਪਾਣੀ ਬੰਦ ਏ ਸਈਦ ਮੇਰੇ ਤੇ ਫੌਜਾਂ ਦੇ ਬੱਦਲ ਚੜਾਏ ਸਈਦ ਜਲਦੀ ਆ ਸਈਦ ਜਲਦੀ ਆ ਸਈਦ ਖਤ ਬੰਦ ਕਰਨ ਲੱਗੇ ਜੇ ਭੈਣਾਂ ਦੀਆਂ ਫਿਰਾ ਖਤ ਬੰਦ ਨਾ ਕਰੇ ਖਤ ਦੇ ਪਿੱਛੇ ਵੀ ਕੁਝ ਲਿਖਿਆ ਹੋਏ ਸਈਦ ਨੇ ਖਤ ਪਲਟਿਆ ਤੇ ਮੂੰਹ ਤੇ ਪਟਕਿਆ ਦਾ ਅੰਮਾ ਮੈਂ ਜੰਮਦਾ ਮਰ ਗਿਆ ਹੋਆ ਅੰਮਾ ਮੇਰੀਆਂ ਅੱਖਾਂ ਨੂੰ ਅੰਮਾ ਮੈਂ ਅੰਧਾ ਹੋਆ ਬੇਟਾ ਕਿਆ ਪੜਿਆ ਮੂੰਹ ਤੇ ਪਟਕਿਆ ਦਾ ਮੈਂ ਮੌਲਾ ਦੀਆਂ ਭੇੜਾਂ ਦੇ ਨਾਂ ਪੜ ਬੈਠਿਆ ਮੌਲਾ ਦੇ ਨਾਲ ਬੇੜਾ ਮੌਲਾ ਦੇ ਨਾਲ ਦੀ ਆਇਆ ਯਾਦਰਾ ਮਾਲਕ ਤੇਰੀਆਂ ਗੁਗਾ ਮਨਜ਼ੂਰ ਫਰਮਾਏ ਮੌਲਾ ਦੇ ਨਾਲ ਦੀਆਂ ਜਾਂ ਇੱਥੇ ਬੰਦ ਕਿਉਂ ਨਾ ਸੁਣਾਵਾ ਮੇਰਾ ਆਕਾ ਦਾ ਨੌਕਰ ਮਾਂ ਦੇ ਪਾਸੇ ਦੇਖਿਆ ਦਾ ਨਹੀਂ ਖਤ ਅਕਬਰ ਦੀ ਸ਼ਾਦੀ ਦਾ ਤੇ ਗਿਆ ਮੜੀ ਉੱਜੜ ਮਦੀਨਾ ਮੈਂ ਕੋ ਮਦਦ ਕੀਤੇ ਪਿਆ ਸਾਡਾ ਕਰਬਲ ਵਿੱਚ ਪਾਕ ਪਾਕ ਸਫੀਨਾ ਸਫੀਨ ਯਾਦਹਰਾ ਓਹਨ ਖਤ ਤੇ ਦਸਖਤ ਜ਼ੈਨਬ ਦੇ ਮਜ਼ਮੂਨ ਦਾ ਅਜਬ ਕਰੀਨ ਆਈ ਖਤ ਦੀਆਂ ਛੇਕੜੀ ਸਤਰਾਂ ਵਿੱਚ ਮੇਰੀ ਕੀਤੀ ਹੈ ਮਿੰਨਤ ਮਿੰਨਤ ਸਕੀਨ ਆਲੀ ਜਲਦੀ ਮੇਰਾ ਬਾਬਾ ਗੱਲਾਂ ਰਹਿ ਗਏ
ਬਾਬਾ ਗੱਲ ਮੁਕੰਮਲ ਕਰ ਲਵਾਂ, ਮੈਂ ਸੁਣਾ ਦੇਣਾ ਸੁਣਾ ਦੇਣਾ, ਗੱਲ ਮੁਕੰਮਲ ਕਰ ਲਵਾਂ। ਇਸ ਦੀ ਮਾਂ ਦੀ ਏ ਮੇਰੀ ਤਰਫੋਂ ਆਜ਼ਾਦ ਏ, ਤੈਨੂੰ ਮੈਂ ਮੰਗੀ ਇਸੇ ਦਿਨ ਵਾਸਤੇ ਹਾਂ। ਮੈਨੂੰ ਉਦੋਂ ਪਤਾ ਲੱਗੇ ਹੁਸੈਨ ਦੀ ਲਾਸ਼ ਬਾਅਦ ਚ ਆਈ ਏ, ਤੇਰੀ ਪਹਿਲੇ ਆਈ ਏ। ਜਾ ਜਾ ਕੇ ਬੰਨਰੀ ਕੋਲ ਇਜਾਜ਼ਤ ਲੈ ਆ। ਇਹ ਬੰਨਰੀ ਦੇ ਖੈਮੇ ਆਏ ਬੱਟੀ ਸਾਹਿਬ, ਜਿਹੜਾ ਪਹਿਲੇ ਗਿਆ ਹੈ ਨਾ ਬੰਨਰੀ ਦਾ ਸ਼ਾਦੀ ਵਾਲਾ ਲਿਬਾਸ ਆ, ਪਲੰਗ ਤੇ ਸੁੱਤੀ ਆ। ਜਿਹੜਾ ਵਾਪਸ ਆਇਆ ਬੰਨਰੀ ਦਾ ਕਾਲਾ ਲਿਬਾਸ, ਸਿਰ ਚ ਖਾ ਕੇ ਮਿੱਟੀ ਤੇ ਬਹਿ ਕੇ ਰੋਂਦੀ ਪਈ ਏ। ਅਰੇ ਮੈਂ ਜਿਹੜਾ ਬਗਿਆ ਤੇਰਾ ਰੂਸੀ ਲਿਬਾਸ ਆ, ਸ਼ਾਦੀ ਵਾਲਾ ਲਿਬਾਸ ਆ, ਮੈਂ ਵਾਪਸ ਆਇਆ ਤੇਰਾ ਕਾਲਾ ਲਿਬਾਸ, ਮਿੱਟੀ ਤੇ ਬਹਿ ਕੇ ਰੋਂਦੀ ਪਈ ਏ। ਆਦੀ ਸਹੀ ਤੂੰ ਟੁਰ ਗਈ ਏ, ਮੇਰੀ ਅੱਖ ਲੱਗੀ ਏ, ਇੱਕ ਕਾਲੇ ਬੁਰਕੇ ਵਾਲੀ ਬੀਵੀ ਆਈ ਏ, ਜਿਹਦਾ ਇੱਕ ਹੱਥ ਪਾਸੇ ਦੀ ਆ ਮੇਰੇ ਪਾਸ ਡੇ ਕੇ, ਆਦੀ ਸਹੀਦ ਨੂੰ ਰੋਕੇ ਲਈ ਸਹੀ ਮਾਲਕ ਤੇਰੀਆਂ ਕੂਕਾਂ ਮਨਜ਼ੂਰ ਫਰਮਾਏ। ਆ ਤਾਂ ਮੇਰੀ ਤਰਫੋਂ ਆਜ਼ਾਦ ਹੀ ਇਸ ਦੀ ਬੀਬੀ ਆਦੀ, ਹੁਣੇ ਤੇ ਪੜੇ ਮੌਲਾ ਦੇ ਨਾਲ ਭੇਣਾਂ ਵੀ ਆਈਆਂ ਹੋਈਆਂ ਨੇ। ਤੂੰ ਮੌਲਾ ਦੇ ਰਲੇ ਕਰਬਲ ਹੱਕ ਸੁਣੀਏ, ਮੈਂ ਮੌਲਾ ਦੀਆਂ ਭੇਣਾਂ ਰਲੇ ਸ਼ਾਮ ਵੈਸਾ, ਮੈਂ ਕਹਿ ਦਿਨ ਵੈਸਾ। ਦੋਵੇਂ ਘੋੜੇ ਤੇ ਸਵਾਰ ਹੋ ਗਏ, ਇਹਨੂੰ ਡੀਗਾ ਠਲਦੀ ਪਈ ਆ ਡਾਵੀ ਦੀ, ਤੇ ਬੰਨਾ ਕਰਬਲਾ ਚ ਦਾਖਲ ਹੋਏ। ਸਈਦ ਦੀ ਬੀਵੀ ਆਦੀ, ਸਈਦ ਗੋੜਾ ਬਜਾ, ਸਈਦ ਨੇ ਘੋੜਾ ਬਜਾਇਆ, ਹੁਣ ਹੱਥ ਪਿਆਰਾ ਨ ਕਰੇ। ਅੱਲਾ ਜਾਣੇ ਬੱਟੀ ਸਾਹਿਬ ਅਗਲੇ ਸਾਲ ਕਿਸੇ ਹੋਣਾ ਜਾਂ ਨਹੀਂ ਹੋਣਾ, ਅਗਲੇ ਸਾਲ ਰੋਸੀ ਹੋ ਜਿਹੜਾ ਹੋ ਸੀ, ਜਿਹੜਾ ਹੋਵੇਗਾ ਉਹੀ ਮਰਮ ਮੁਹਰਮ ਮਨਾਏਗਾ, ਉਹੀ ਜ਼ਹਰਾ ਦੇ ਪੁੱਤਰ ਨੂੰ ਰੋਵੇਗਾ, ਮੁਹਰਮ ਨਸੀਬ ਨਾਲ ਆਉਂਦਾ ਹੈ। ਅੱਲਾ ਜਾਣੇ ਅਗਲੇ ਸਾਲ ਕੋਈ ਹੋਵੇ ਨਾ ਹੋਵੇ, ਜਿਹੜਾ ਟਿੱਬੇ ਕਰਬਲਾ ਹੀ ਦਾਖਲ ਹੋਏ ਨੇ। ਸਈਦ ਦੀ ਬੀਵੀ ਆਦੀ, ਸਈਦ ਘੋੜਾ ਭਜਾ, ਸਈਦ ਨੇ ਘੋੜਾ ਭਜਾਇਆ, ਇਸ ਦੀ ਬੀਵੀ ਆਦੀ ਹੋਰ ਭਜਾ, ਇਸ ਨੇ ਹੋਰ ਬਜਾਏ, ਇਸ ਦੀ ਬੀਵੀ ਆਦੀ ਹੋਰ ਬਜਾ। ਆਵੇ ਆ ਜਾਨਵਰ ਮਰ ਵੈਸੀ, ਆਦੀ ਮਰਦੇ ਤੇ ਮਰੇ ਮੈਂ ਕਿਆ ਕਰਾਂ, ਜੱਡਾ ਦੀ ਪੰਨ ਚ ਆਈਆਂ ਇੱਕ ਆਵਾਜ਼ ਸੁਣਦੀ ਪਈਆਂ, ਹਲ ਮਿਲਣਾ ਸਰ ਯਨ ਸੁਰਨਾ, ਹਲ ਮਿਲ ਬਗੀ ਸਗੀ ਸੁਰ, ਕੋਈ ਹੈ ਜਿਹੜਾ ਮੇਰੀਆਂ ਭੇੜਾਂ ਦੇ ਬੱਤਰ ਪਰਦੇ ਬਚਾਵੇ, ਕੋਈ ਹੈ ਜਿਹੜਾ ਮੇਰੀਆਂ ਭੇੜਾਂ ਨੂੰ ਬੱਤਰ ਬਚਾਵੇ, ਕੋਈ ਹੈ ਜਿਹੜਾ ਮੈਂ ਗਰੀਬ ਵਸਦੇ ਰਹੋ ਵਸਦੇ ਰਹੋ। ਮਾਲਕ ਤੁਹਾਡੀਆਂ ਕੂ ਮਜਲਿਸ ਤੇ ਮੇਰੀ ਹੋ ਗਈ, ਬੈਂਡ ਪੜਨ ਲੱਗਾ, ਹੋ ਗਿਆ ਮੇਰਾ ਹਿੱਸਾ। ਜਵਾਦ ਭਾਈ ਮੁਕਮ ਸ਼ਾਹ ਜੀ ਮਜਲਿਸ ਮੈਂ ਪੜ ਚੁੱਕਾ, ਮਗਰ ਤੁਹਾਡੇ ਅਦਾਦਾਰਾਂ ਦੀ ਅਮੀਰ ਅੱਜ ਬੈਂਡ ਉਹ ਸ਼ਹਜ਼ਾਦੇ ਦਾ ਬੈਂਡ ਸੁਣਾ ਦੇ, ਜਿਹੜਾ ਮਾਂ ਨੂੰ ਮਾਂ ਨਾ ਹਸੜ ਸਕਦਾ, ਜਿਹਨਾਂ ਦੇ ਕੋਲ ਪੁੱਤਰ ਕੋਈ ਨੀ। ਅਜ਼ੀਜ਼ ਨਵਾਜ਼ ਸ਼ੇਰਾ ਹੋਰ ਵੀ ਜਿਹਨਾਂ ਕੋਲ ਪੁੱਤਰ ਕੋਈ ਨਹੀਂ, ਆਪਣੀਆਂ ਆਪਣੀਆਂ ਝੋਲੀਆਂ ਫੈਲਾ ਬੈਠੋ। ਸ਼ਜਰ ਭਾਈ ਮੋਕਮ ਭਾਈ ਝੋਲੀਆਂ ਫੈਲਾ ਬੈਠੋ, ਅਸਗਰ ਦੀ ਮਾਂ ਆਈ ਬੈਠੀ ਏ। ਮੇਰਾ ਯਕੀਨ ਹੈ ਜਿਹੜਾ ਸ਼ਰੀਫ ਸ਼ਰੀਫਾਂ ਨੂੰ ਨੂੰਹਾਂ ਸਿਫਾਰਿਸ਼ ਕਰਦੀਆਂ ਨੇ, ਸ਼ਰੀਫਾਂ ਨੂੰ ਨੂੰਹਾਂ ਬੜੀਆਂ ਪਿਆਰੀਆਂ ਹੁੰਦੀਆਂ, ਸ਼ਰੀਫ ਨੂੰਹਾਂ ਦੀ ਗੱਲ ਨਹੀਂ ਮੋੜਦੇ। ਬੀਬੀ ਤੁਹਾਡੀ ਸਿਫਾਰਿਸ਼ ਕਰੇ ਸੀ, ਸਿਰਫ ਇੱਕ ਬੰਦ ਪੜ ਕੇ ਮੈਂ ਬੈਂਡ ਸੁਣਾਵਣ ਲੱਗਾ, ਮਜਲਿਸ ਮੇਰੀ ਹੋ ਗਈ, ਚਾਹ ਕੇ ਅੱਗੇ ਵੀ ਜਾਣਾ, ਅੱਗੇ ਵੀ ਡਿਊਟੀ ਹੋ ਜਾਏ। ਮੈਂ ਦਾ ਕੁਰਾਨ ਆਹਦੇ ਹਰ ਹਾਲ ਦੇ ਵਿੱਚ, ਤੇ ਪਿਓ ਪੁੱਤਰ ਦੀ ਲਾਸ਼ ਨਾ ਜਾਵੇ ਨਾ ਦਫਨ ਦੇ ਵੇਲੇ, ਕੋਲ ਖਲੋਵੇ ਤੇ ਨਾ ਕਬਰ ਚ ਆਪ ਆਪ ਲਹਾਵੇ ਯਾ ਲਹਰਾਇਆ ਉਹ ਦੋਵੇਂ ਔਖੇ ਸ਼ਬੀਰ ਕੀ ਦੇ ਤਾਰੀਖ ਇਹ ਸਾਫ ਦਸਾਵੇ, ਪਹਿਲੇ ਇੱਕ ਦੀ ਲਾਸ਼ ਨੂੰ ਰੇਤ ਤੋਂ ਚਾਇਆ ਬੈਠਾ ਬੈ ਕਬਰ ਕਬਰ ਬਣਾਵੇ ਬਣਾਵੇ ਅਮਾਲਾ ਬਖਤੂਲਾ ਦੀ ਗਰੀ ਜੀ 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 ਮੈਂ ਨਾ ਕਰਾਂ ਬੱਟੀ ਸਾਹਿਬ ਮੁਕਾਨ ਬੁਲੰਦ ਕਰਨਾ, ਮੈਂ ਤਾਂ ਕਿਵੇਂ ਨਾ ਰੋਵੀਏ ਕਿਵੇਂ ਨਾ ਮਾਧਮ ਕਰੀਏ, ਜਿਹੜਾ ਪੁੱਤਰ ਨੂੰ ਚਾਹ ਕੇ ਟੁਰਦਾ ਮੈਂ। ਨਦੀਮ ਭਾਈ ਜਵਾ ਜੀ ਸੁਲਤਾਨ ਉਲ ਆਖਰੀਨ ਮਰਹੂਮ ਕਮਰ ਸਾਹਿਬ ਨੇ ਮੁਲਤਾਨ ਚ ਬੰਦ ਪੜਿਆ, ਇੱਕ ਮੋਮਨ ਮਾਤਮ ਕਰਦਾ ਕਰਦਾ ਮਰ ਗਿਆ,
ਉਸਦੀ ਅੱਜ ਵੀ ਮੁਲਤਾਨ ਇਮਾਮ ਬਾਰਗਾਹ ਦੀ ਤਸਵੀਰ ਲੱਗੀ ਹੋਈ ਹੈ। 6 ਮਹੀਨੇ ਦਾ ਬੱਚਾ ਕਿਤਨਾ ਪਾਣੀ ਪੀਂਦਾ ਹੈ, ਅੱਲਾ ਜਾਣੇ ਸ਼ਬੀਰ ਦੇ ਦਿਲ ਕਿਆ ਖਿਆਲ ਆਇਆ ਹੈ। ਬਜ਼ੁਰਗ ਪੜਦੇ ਨੇ, ਸ਼ਾਹ ਦੱਸੇ ਪੁੱਤਰ ਦਾ ਮੂੰਹ ਚੁੰਮਿਆ ਤੇ ਬਦਰਦ ਸ਼ਬੀਰ ਕੋ ਬੋਲ ਗਿਆ ਯਾਦ ਜਵਾਨੀ ਗਾਜ਼ੀ ਦੀ ਕੁਝ ਹੱਥ ਸੈਦ ਦੇ ਸੈਦ ਦੇ ਡੋਲ ਗਏ ਯਾਦ ਹਰਾ ਜੀ ਜੀ ਓਏ ਨਾ ਸ਼ਬਨਮ ਵਾਲੀਆਂ ਕਤਰੀਆਂ ਵਿੱਚ ਰੁਖਸਾਰ ਉਹ ਫੁੱਲ ਜਾਏ ਡੋਲ ਗਏ ਮਾਸੂਮ ਨੇ ਸਮਝਿਆ ਪਾਣੀ ਏ ਦੋਵੇਂ ਲੱਭ ਅਸਗਰ ਅਸਗਰ ਦੇ ਖੁੱਲ ਗਏ ਕੋ ਜੀ 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 ਮੈਂ ਨਾ ਕਰਾਂ ਮੈਂ ਤਾਂ ਤੁਹਾਡੇ ਆਖਣ ਤੇ ਮੈਂ ਵੱਲ ਬੜਦਾ ਤੇ ਕੋਈ ਰੋਵੇ ਯਾ ਨਾ ਮੰਗਾ ਵੀ ਦੁਆ ਸ਼ਾਲਾ ਕਤਲ ਦੇ ਵੇਲੇ ਦੀ ਪਿਓ ਕੋਲ ਨਾ ਹੋਵੇ ਨਾਰਾਜ਼ ਨਹੀਂ ਹੋਣਾ ਸਿਗਦਾ ਦਾ ਜ਼ਾਲਿਮੋ ਮੇਰਾ ਪੁੱਤਰ ਪਿਆਸਾ ਏ ਇਸ ਨੂੰ ਪਾਣੀ ਦੇਵੋ ਇਹ ਬਗੈਰਤਾ ਦੇ ਹੁਸੈਨ ਪਾਣੀ ਆਪ ਪੀਣਾ ਹੀ ਬਹਾਨਾ ਬੱਚੇ ਦਾ ਕਰਦੇ ਅਸਗਰ ਪਾਣੀ ਆਪ ਮੰਗੀ ਅਸਾਂ ਡੇਂਦੇ ਹਾਂ ਸਿਗਦ ਪੁੱਤਰ ਦੇ ਪਾਸ ਡੇ ਕੇ ਅਸਗਰ ਅੱਜ ਈਸਾ ਵਾਂਗੀ ਨਾ ਸ਼ਾਮੀਆਂ ਨਾਲ ਕਲਾਮ ਕਰ ਅਸਗਰ 3 ਦਫਾ ਆਖਿਆ ਅੱਲਾ ਤਾਸ਼ ਫੌਜੀਆਂ ਪੱਗਾਂ ਲਹਾ ਕੇ ਸੁਣਨੇ ਸ਼ੁਰੂ ਕੀਤੀਆਂ ਫੌਜਾਂ ਦੀ ਉਮਰੇ ਸਾਧ ਅਸਾਂ ਜਵਾਨਾਂ ਦੇ ਨਾਲ ਲੜਨਾ ਹੈ 6 ਮਹੀਨੇ ਦੇ ਬੱਚੇ ਦਾ ਕਿਹੜਾ ਜੁਰਮ ਹੈ ਇਸ ਨੂੰ ਪਾਣੀ ਦੇ ਦੇ ਉਹ ਡੇਕ ਸਾਡੇ ਜਾਨਵਰ ਪਾਣੀ ਪੇ ਪੀਂਦੇ ਨੇ ਖੋਲੇ ਪਾਣੀ ਪੀਂਦੇ ਪਏ ਨੇ ਹਵਾਨ ਪਾਣੀ ਪੀਂਦੇ ਪਏ ਨੇ ਇਸ ਨੇ ਹੁਰਮਲ ਨੂੰ ਕਰੀਬ ਲਾਇਆ ਆਦਾ ਡੇਦਾ ਪੀਏ ਫੌਜ ਬਾਗੀ ਪੀਉਂਦੀ ਚੱਲੀ ਕਰ ਮਾਸੂਮ ਦੇ ਕਲਾਮ ਨੂੰ ਕਿਤਾ ਕਰ ਹੁਣ ਸਗਿਦ ਮੈਨੂੰ ਮਾਫ਼ ਕਰਨਾ ਨਦੀਮ ਜੀ ਕਈ ਕਈ ਜਗ੍ਹਾ ਤੇ ਇਹਨਾਂ ਜੁਮਲੇ ਤੇ ਮੈਂ ਸਮੁੱਕ ਗਈਆਂ ਹੁਰਮਲ ਨੇ ਤੀਰ ਜੋੜਿਆ ਤੀਰ ਛਣ ਪੀਏ ਫਲ ਤੀਰ ਜੋੜਿਆ ਤੀਰ ਢਹਿ ਪੀਏ ਜਿਹੜਾ 3 ਤੀਰ ਲਾਇਆ ਗਏ ਉਮਰੇ ਸਾ ਛਿਣਕ ਦਿੱਤੀਏ ਛਿਣਕ ਦੇ ਕਿਆ ਦਾ ਬਹੁਤ ਵੱਡਾ ਤੀਰ ਅੰਦਾਜ਼ ਏ ਤੇਰਾ ਤੀਰ ਲਾਇਆ ਗੁਜਾਂਦਾ ਏ ਆਦਾ ਮੈਂ ਕਿਆ ਕਰਾਂ ਜਿਹੜਾ ਮੈਂ ਤੀਰ ਮਾਰਨ ਦਾ ਇਰਾਦਾ ਕਰਦਾ ਮੈਨੂੰ ਅਸਗਰ ਦੇ ਗੱਲ ਤੇ 5 ਗੱਲ ਨਜ਼ਰ ਆਵੇ ਕਿਹੜਾ ਰਸੂਲ ਦਾ ਗੱਲ ਆਵੇ ਦੇ ਕਿਹੜਾ ਬਤੂਲ ਦਾ ਗੱਲ ਆਵੇ ਦੇ ਕਿਹੜਾ ਅਲੀ ਦਾ ਗੱਲ ਆਵੇ ਦੇ ਕਿਹੜਾ ਹਸਨ ਦਾ ਗੱਲ ਆਵੇ ਦੇ ਇਹ ਬਗੈਰਤਾ ਦਾ ਏ ਤੂੰ ਤੀਰ ਮਾਰ ਭਾਵੇਂ ਰਸੂਲ ਨੂੰ ਲੱਗੇ ਭਾਵੇਂ ਬਤੂਲ ਨੂੰ ਲੱਗੇ ਸਦਕੇ ਮਾਰ ਤੀਰ ਇਤਨਾ ਆਦਾ ਅਗਰ ਹੁਸੈਨ ਨੇ ਮਜ਼ਬੂਤੀ ਦੇ ਨਾਲ ਨਾ ਪਕੜਿਆ ਹੋਵੇ ਆ ਜਿਸ ਪਾਸੇ ਤੀਰ ਜਾਵੇ ਆ ਉਸੇ ਪਾਸੇ ਅਸਗਰ ਜਾਵੇ ਆ ਆਦਾ ਅਸਗਰ ਘਬਰਾਇਆ ਤੇ ਨਹੀਂ ਅਸਗਰ ਆਦਾ ਬਾਬਾ ਮੇਰੀ ਖੈਰ ਹੈ ਤੇਰੀ ਬਾਂਹ ਬਚੀ ਹੈ ਜਾਂ ਕੋਈ ਨਾ ਸਯਦਾ ਦਾ ਅਸਗਰ ਮੇਰਾ ਬਾਂਹ ਬਾਜ਼ੂ ਜ਼ਖਮੀ ਹੋ ਗਈ ਹੈ ਰੋ ਕਿਆ ਦਾ ਬਾਬਾ ਮੇਰੇ ਤੇ ਅਹਿਸਾਨ ਕਰੇ ਜਿਹੜਾ ਖੈਮੇ ਜਾਵੇ ਨਾ ਮੇਰੀ ਮਾਂ ਨੂੰ ਬਾਂਹ ਦਾ ਜ਼ਖਮ ਨਾ ਵਿਖਾਵੇ ਮਤਾ ਮਾਂ ਆਖੀ ਅਸਗਰ ਤੀਰ ਤੇਰੇ ਹਿੱਸੇ ਦਾ ਮੇਰੇ ਵਾਰਸ ਦੀ ਬਾਜ਼ੂ ਜ਼ਖਮੀ ਕਿਉਂ ਹੋਈ ਹੈ ਸਯਦਾ ਦਾ ਤੇਰੇ ਵੀ ਸਦਕੇ ਤੇਰੀ ਮਾਂ ਦੇ ਵੀ ਸਦਕੇ ਅਸਗਰ ਮੈਂ ਤੀਰ ਕੱਢਣਾ ਹੈ ਅਸਗਰ ਆਵਾਜ਼ ਦੇ ਕੇ ਤਾਂ ਬਾਬਾ ਪਹਿਲੇ ਦਾਦਾ ਇਬਰਾਹੀਮ ਬੁਲਾ ਦਾਦਾ ਇਸਮਾਇਲ ਬੁਲਾ ਨਜਬ ਚੋ ਦਾਦਾ ਅਲੀ ਬੁਲਾ ਮਦੀਨੇ ਚੋ ਨਾਨਾ ਮੁਹੰਮਦ ਬੁਲਾ ਖੈਮੇ ਦੇ ਦਰ ਤੇ ਬਹਿਣਾ ਬੁਲਾ ਤੈਨੂੰ ਤੀਰ ਕੱਢਦਾ ਵੇਖਣ ਮੇਰੇ ਗਲੇ ਚੋ ਨਿਕਲਦਾ ਵੇਖਣ 6 ਮਹੀਨੇ ਦੇ ਬੱਚੇ ਦੀ ਗਰਦਨ ਕਿਤਨੀ ਹੁੰਦੀ ਹੈ ਤੀਰ ਕੱਢਦਾ ਛੋਟੀ ਜਿਹੀ ਗਰਦਨ ਨਾਲ ਚਵੀ ਜਾਂਦੀ ਹੈ ਬਲ ਤੀਰ ਕੱਢਦਾ ਛੋਟੀ ਜਿਹੀ ਗਰਦਨ ਨਾਲ ਚਵੀ ਜਾਂਦੀ ਹੈ ਜਦੋਂ ਹੱਥ ਨਦੀਮ ਜੀ ਅਸਗਰ ਦੀ ਗਰਦਨ ਤੇ ਆ ਗਏ ਸਗਦਾ ਦਾ ਕੌਣ ਜੰਗਲ ਚ ਮੈਂ ਪੁੱਤਰਾ ਮੋਏ ਦੀ ਮਦਦ ਕਰਨ ਵਾਲਾ ਕੌਣ ਮੈਂ ਬਿਰਾਵਾਂ ਮੋਏ ਦੀ ਆਸਾਨ ਕਰਨ ਵਾਲਾ ਹੌਲੇ ਹੌਲੇ ਆਵਾਜ਼ ਆਈਏ ਹੁਸੈਨ ਤੀਰ ਆਰਾਮ ਨਾਲ ਕੱਢੇ ਦਾਦੀਆਂ ਨੂੰ ਪੋਤਰੇ ਬੜੇ ਪਿਆਰੇ ਉਹਦੇ ਮੈਂ ਤੇਰੀ ਮਾਂ ਜ਼ਹਰਾਈ ਗੜੀਆਂ ਤੀਰ ਦਾ ਬਦਲ ਡੇਗ ਮੇਰੇ ਸਗੀਰ ਦਾ ਬਦਲ ਡੇਗ ਇੱਕ ਰਵਾਇਤ ਆ ਕੇ ਹੁਸੈਨ ਉੱਥੇ ਦਫ਼ਨ ਕਰ ਦਿੱਤਾ ਇੱਕ ਸੁੰਨੀ ਆਲਮ ਦੀਨ ਇਲਾਮਾ ਮੁਫੀਦੁੱਲਾ ਲੈ ਰਹਿਮਾ ਉਹ ਲਿਖਦਾ ਇੱਕ ਵਾਰ ਚਾਹ ਕੇ ਖੈਮੇ ਆਇਆ
ਮੇਰੀ ਸਹਿਣ ਨੇ ਪਿੰਗਲ ਲਟਾਇਆ, ਲੰਬੀ ਗੱਲ ਹੈ, ਹੋ ਗਿਆ ਮੇਰਾ ਹਿੱਸਾ, ਤਾਂ ਕਿ ਅੱਗੇ ਵੀ ਜਾਣਾ ਡਿਊਟੀ ਹੋ ਜਾਏ, ਭਾਈ ਬੈਠੇ ਨੇ ਸਾਰਿਆਂ ਦੀ ਆਖਰੀ ਹੋ ਜਾਏ। ਚੱਲ ਲਾਹੌਰ ਵਾਲੀ ਸਹਿਣ ਦੀਆਂ ਧੀਆਂ, ਨਦੀਮ ਭਾਈ ਜਿਸ ਦਾ ਅਸਾਂ ਨੌਕਰ ਹਾਂ, ਅੱਬਾਸ ਦੀ ਭੈਣ ਦੇ ਨੌਕਰ ਹਾਂ, ਜਿਸ ਦੇ ਦਰਵਾਜ਼ੇ ਤੇ ਨੌਕਰੀ ਦਿੰਦੇ ਹਾਂ, ਉਹ ਜਿਸ ਨੂੰ ਪੂਰੇ ਅਰਬ ਵਿੱਚ ਕਬਰ ਦੀ ਜਾਨ ਨਹੀਂ ਮਿਲੀ, ਉਹ ਜਿਹੜੀ ਪੁੱਤਰਾਂ ਨੂੰ ਲੱਭਦੀ ਲੱਭਦੀ ਲਾਹੌਰ ਆ ਗਈ ਹੈ, ਇਹ ਅੱਬਾਸ ਦੀ ਸਭ ਤੋਂ ਪਹਿਲੇ ਉਜੜਨ ਵਾਲੀ ਭੈਣ। ਅੱਛਾ ਚਿੱਟੀਆਂ ਦਾੜੀਆਂ ਵਾਲੇ ਬਜ਼ੁਰਗ ਬੈਠੇ ਹੋ, ਮੈਨੂੰ ਦੱਸੋ ਧੀ ਉਜੜੇ ਤੇ ਕਿੱਥੇ ਆਉਂਦੀ ਹੈ, ਕਿੱਥੇ ਆਉਂਦੀ ਬਾਬਾ ਜੀ, ਧੀ ਉਜੜੇ ਕਿੱਥੇ ਆਉਂਦੀ ਹੈ, ਪੇਕੇ ਆਉਂਦੀ ਨਾ ਬੱਚੀ ਸਾਹਿਬ। ਹੁਣ ਜਿਹੜਾ ਸਾਈਨ ਦੇ ਦਰਵਾਜ਼ੇ ਤੇ ਜਾਣਾ ਨਾ ਅੱਬਾਸ ਦੀ ਭੈਣ ਦੇ ਬੂਹੇ ਤੇ, ਉਸ ਵੇਲੇ ਰੋ ਕੇ ਆਖਣਾ ਬੀਬੀ ਤੂੰ ਜੋ ਲਾਹੌਰ ਆਈ ਹੈ ਕਿ ਇੱਥੇ ਤੇਰੇ ਪੇਕੇ ਰਹਿੰਦੇ ਹਨ। ਇੱਕ ਮਹਿਲਾ ਚ ਗੱਲ ਆ ਕਿ ਮਾਂ ਮੋਮਨ ਮਾਤਮ ਕਰਦਾ ਖੜਾ ਹੋ ਗਿਆ, ਰੋ ਕੇ ਆਦਾ ਇੰਜ ਲੱਗਦਾ ਪੁੱਤਰਾਂ ਨੂੰ ਲੱਭਦੀ ਲੱਭਦੀ ਲਾਹੌਰ ਆ ਗਈ ਏ, ਜੋੜੀ ਨੂੰ ਲੱਭਦੀ ਲੱਭਦੀ ਲਾਹੌਰ ਆ ਗਈ ਏ। ਇਸ ਦੀਆਂ ਧੀਆਂ ਟੁਰੀਆਂ ਆ ਕੇ ਦਿਨ ਮਾਰੂ ਬਾਪ, ਅਸਾਂ ਸੁਣਿਆ ਸਾਡਾ ਫਿਰਾਸ ਕਰ ਪਾਣੀ ਪੀ ਆਏ, ਬੀਬੀ ਆਦੀ ਹਾਂ ਅੰਮਾ ਸਾ ਮਿਲਣਾ ਹੈ, ਬੀਬੀ ਆਦੀ ਨਾ ਬੇਟਾ, ਅਸਗਰ ਜਾਗਿਆ ਤੇ ਰੋਸੀ ਬੱਚੀਆਂ ਆਵਾਜ਼ ਵੇਖਿਆ ਦੀ ਅੰਮਾ ਸਾ ਨਾ ਰੋਣ ਨਿਸਾਂ, ਅਸਾਂ ਤੇ ਬਿਰਾ ਦੀਆਂ ਲੋਰੀਆਂ ਯਾਦ ਕੀਤੀਆਂ ਹੋਈਆਂ, ਬੱਚੀਆਂ ਪੀਂਘੇ ਦੇ ਕਰੀਬ ਆਈਆਂ ਨੇ, ਪੀਂਘੇ ਦੇ ਕਰੀਬ ਆ ਕੇ ਆਉਂਦੇ ਨੇ ਜਾਗਵੇ ਵੀਰਨ ਜੀਵੇ ਖੈਰ ਲਾਹੀ, ਸਦਕੇ ਭੈਣਾਂ ਦੀ ਝੋਲੀ ਵਿੱਚ ਸਾਂਦੇ ਨੇ ਭਾਈ, ਭੈਣਾਂ ਦੀ ਝੋਲੀ ਵਿੱਚ ਮਾਤਮ ਯਾਰ, ਦੁਆ ਮੰਗੋ ਕੋਈ ਭੇਡ ਫਿਰਾ ਦਾ ਜਨਾਦਾ ਨਾ ਵੇਖੇ, ਕੋਈ ਭੇਡ ਨਿੱਕੇ ਫਿਰਾ ਦਾ ਜਨਾਦਾ ਨਾ ਵੇਖੇ, ਤੇ ਜਿਸ ਭੇਡ ਦਾ ਫਿਰਾ ਅਸਗਰ ਜੈਸਾ ਹੋਵੇ, ਸਕੀਨਾ ਪੀਏ ਦੀਦ ਮਾਰੀਏ ਮੂੰਹ ਤੇ ਪਿੱਟ ਕੇ ਆ ਦੀਏ, ਹਾਏ ਹਾਏ ਵੇ ਵੀਰ ਪੀਂਗਾ ਕਿਉਂ ਲਾਲ, ਸਦਕੇ ਮਤ ਫਿਰ ਦੀਏ ਰਾਤੀ ਕਿਵੇਂ, ਫਿਰ ਦੀਏ ਰਾਤੀ ਕਿਵੇਂ, ਉਮਰ ਦੇ ਅੱਗੇ ਕਾਨੂੰਨ ਰੱਬ ਦੇ ਹਵਾਲੇ ਵੀ, ਅਜਾ ਬੀਬੀ ਦਾ ਵੈਣ ਨੀ ਮੁੱਕਾ ਭਾਈ, ਅੱਜ ਤੱਕ ਮੈਂ ਸਾਰਾ ਵੈਣ ਨੀ ਪੜ੍ਹ ਸਕਿਆ। ਉਸ ਬੀਬੀ ਨੇ ਵੈਣ ਕੀਤਾ ਜਿਹੜੀ ਰਾਤੀ ਪਰਮੀ ਦਿਨੇ ਬੇਵਾ ਹੋ ਗਈ ਹੈ, ਬੀਬੀ ਘੁਬਰਾ ਉੱਠੀ ਹੈ, ਇਹ ਬੀਬੀ ਮਾਂ ਦੇ ਗੱਲ ਲੱਗੀ ਹੈ, ਮਾਂ ਦੇ ਗੱਲ ਲੱਗਿਆ ਦੀ ਹੈ ਉੱਜੜਦਾ ਗਈ ਅਕਬਰ ਤਾਹਿਰ ਸਾਹਿਬ ਜੋ ਸ਼ਹਿਜ਼ਾਦਾ ਅਲੀ ਅਸਰ ਕੀ ਸ਼ਹਾਦਤ ਪਰ ਬੈਠੇ ਅਬ ਤਸ਼ਰੀਫ ਲਾ ਰਹੇ ਹੈ ਜਨਾਬ ਜਵਾਦ ਆਸ਼ਕ ਬੀ ਐਫ ਲਾਹੌਰ। ਹਾਂਜੀ